आओ सिख सतगुरु के प्यारे हो। और एक घटना जिहड़ी मैं अक्सर उन्हां दी परजा प्रति स्नेह बारे सांझी करदा कि अपनी परजा नूं किन्ना प्यार करदे सन, अपने लोकां नूं किन्ना प्यार करदे सन। कहिंदे जदों कश्मीर दे विच काल पिया ते लोकी पंजाब आए, उन्हां ने अमीरां अपने अमीर वजीरां नूं आख्या कि तुसीं भाई अपने अनाज दे खजाने खोल दो। हर बंदा घरे अनाज लिजांदा सी और उन्हां दी जय जयकार करदा सी। ਕਹਿੰਦੇ ਇੱਕ ਬਜ਼ੁਰਗ ਦੇ ਨਾਲ ਬੱਚਾ, ਇਹਨੂੰ ਪਾਂਡੀ ਪਾਤਸ਼ਾਹ ਕਰਕੇ ਅਸੀਂ ਬਚਪਨ 'ਚ ਕਿਤਾਬਾਂ 'ਚ ਸਾਖੀ ਨੂੰ ਪੜ੍ਹਦੇ ਸਾਂ ਔਰ ਵਧਾਤਾ ਸਿੰਘ ਤੀਰ ਨੇ ਲਿਖਿਆ ਸੀ। ਗਜ਼ਬ ਦੀ ਗੱਲ ਹੈ, ਭਾਰਤ ਦੇ ਇਤਿਹਾਸ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰੋਲ ਸਿਰਫ ਨਾਮਾਤਰ ਹੀ ਵਿਖਾਇਆ ਗਿਆ, ਹਾਲਾਂਕਿ ਜਿੱਡਾ ਕੱਦ ਸੀ ਉਹਨਾਂ ਦਾ, ਜਿਵੇਂ ਦਾ ਉਹਨਾਂ ਦਾ ਰਾਜ ਸੀ, ਆਪਾਂ ਜਿੰਨੀਆਂ ਵੀ ਸਿਫਤਾਂ ਕਰੀਏ ਉਨੀਆਂ ਹੀ ਥੋੜ੍ਹੀਆਂ। ਮੈਂ ਦੁਪਹਿਰੇ ਵੀ ਜ਼ਿਕਰ ਕਰ ਰਿਹਾ ਸਾਂ, ਕੁਛ ਬੰਦੇ ਇਕੱਠੇ ਹੋ ਕੇ ਮਹਾਰਾਜਾ ਰਣਜੀਤ ਸਿੰਘ ਦੇ ਨੁਕਸ ਦੀਆਂ ਗੱਲਾਂ ਕਰ ਰਹੇ ਸਨ ਵੀ ਉਹਦੇ 'ਚ ਇਹ ਕਮੀ ਸੀ, ਉਹਦੇ 'ਚ ਉਹ ਔਗਣ ਸੀ, ਉਹਦੇ 'ਚ ਆਹ ਘਾਟ ਸੀ। ਇੱਕ ਸਿਆਣਾ ਦਾ ਬਜ਼ੁਰਗ ਆਪਣੇ ਮੋਢੇ ਤੋਂ ਪਰਨਾ ਉਤਾਰ ਕੇ ਝਾੜਦਾ ਹੋਇਆ ਬੋਲਿਆ, ਮਹਾਰਾਜਾ ਰਣਜੀਤ ਸਿੰਘ 'ਚ ਲੱਖ ਕਮੀਆਂ ਹੋਣ, ਘੱਟੋ ਘੱਟ ਸਾਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਇੱਕ ਰਾਜਾ ਹੀ ਹੋਰ ਦੇ ਦਿਓ, ਸਾਨੂੰ ਕਮੀਆਂ ਵਾਲਾ ਵੀ ਕਬੂਲ ਹੈ। ਤੁਸੀਂ ਕਹਿੰਦੇ ਹੋ ਨਾ ਉਹਦੇ 'ਚੋਂ ਔਗਣ ਸਨ, ਪਰ ਇੰਨੇ ਔਗਣ ਹੋਣ ਦੇ ਬਾਵਜੂਦ ਵੀ ਜਿਨ੍ਹਾਂ ਦਾ ਜ਼ਿਕਰ ਤੁਸੀਂ ਕਰਦੇ ਹੋ, ਇਹੋ ਜਿਹੇ ਕੱਦ ਵਾਲਾ ਰਾਜਾ ਤੁਹਾਨੂੰ ਦੁਨੀਆਂ ਦੇ ਕਿਸੇ ਕੋਨੇ 'ਚ ਨਹੀਂ ਮਿਲਣਾ, ਜਿਹੜਾ ਆਪਣੀ ਪਰਜਾ ਪ੍ਰਤੀ ਇੰਨਾ ਸਨੇਹ ਕਰਦਾ ਸੀ। ਉਹ ਇੱਕ ਬਜ਼ੁਰਗ ਨਾਲ ਉਹਦੇ ਬੱਚਾ, ਨਾ ਤਾਂ ਬੱਚੇ ਤੋਂ ਪੰਡ ਚੱਕੀ ਜਾਏ ਨਾ ਬਜ਼ੁਰਗ ਤੋਂ ਚੱਕੀ ਜਾਏ, ਅਨਾਜ ਭਰ ਲਿਆ ਜ਼ਿਆਦਾ, ਕਾਲ ਪਿਆ ਹੋਇਆ ਸੀ, ਹਾਹਾਕਾਰ ਮੱਚੀ ਹੋਈ ਸੀ। ਹੁਣ ਬੱਚਾ ਸਿਰ ਤੋਂ ਕਿੱਥੇ ਰੱਖਦਾ ਪੰਡ, ਦੋਨੇ ਵਿਚਾਰੇ ਲਾਚਾਰ ਜੇ ਹੋ ਕੇ ਪਿਓ ਪੁੱਤ ਖੜੇ, ਲੋਕੀ ਆਈ ਜਾਣ ਅਨਾਜ ਲੈ ਕੇ ਘਰਾਂ ਨੂੰ ਤੁਰੇ ਜਾਣ, ਲੋਕੀ ਆਈ ਜਾਣ ਅਨਾਜ ਲੈ ਕੇ ਘਰਾਂ ਨੂੰ ਤੁਰੇ ਜਾਣ, ਚਾਰੇ ਪਾਸੇ ਦੇਖਦੇ ਆ ਕਿ ਕੋਈ ਆ ਕੇ ਸਾਡਾ ਸਾਨੂੰ ਹੈਲਪ ਕਰੇ, ਸਾਡੀ ਅਸੀਂ ਕਿਵੇਂ ਲੈ ਕੇ ਜਾਵਾਂਗੇ ਘਰੇ ਇਹ ਅਨਾਜ। ਇੱਕ ਨੌਜਵਾਨ ਮੂੰਹ ਉਹਦਾ ਵਲੇਟਿਆ, ਉਹ ਕੋਲੇ ਆ ਕੇ ਖੜਦਾ, ਉਹ ਕਹਿਣ ਲੱਗਾ ਵੀ ਬਾਬਾ ਕੀ ਸਮੱਸਿਆ। ਉਹ ਕਹਿੰਦੇ ਵੀ ਨੌਜਵਾਨਾਂ ਸਮੱਸਿਆ ਦੈਸੀ ਰਹੀ ਤੈਨੂੰ, ਬੱਚਾ ਛੋਟਾ ਮੇਰਾ, ਸਰੀਰ ਬਹਿਰਦਾ ਮੇਰਾ, ਇਹ ਪੰਡ ਲਾਲਚ ਵੱਸ ਭਰ ਲਈ ਜ਼ਿਆਦਾ, ਹੁਣ ਘਰੇ ਲਿਜਾ ਨਹੀਂ ਸਕਦੇ। ਉਹ ਕਹਿੰਦੇ ਕਿਹੜਾ ਕੰਮ ਆ, ਮੇਰੇ ਸਿਰ 'ਤੇ ਰੱਖੋ ਮੈਂ ਲੈ ਜਾਂਗਾ। ਉਹ ਕਹਿੰਦੇ ਭਰਾਵਾ ਤੈਨੂੰ ਦੇਣ 'ਤੇ ਦਮੜਾ ਨਹੀਂ ਹੈ ਸਾਡੀ ਜੇਬ 'ਚ ਕੋਈ। ਹੱਸ ਕੇ ਕਹਿੰਦੇ ਚੱਲ ਬਜ਼ੁਰਗਾ ਉਹ ਕਰੀ, ਤੂੰ ਚਾਰ ਅਸੀਸਾਂ ਹੀ ਦੇ ਦੀ ਸਾਨੂੰ, ਹੋਰ ਕੁਝ ਨਹੀਂ ਚਾਹੀਦਾ। ਜਦੋਂ ਪੰਡ ਸਿਰ 'ਤੇ ਰੱਖਣ ਲੱਗੇ ਬਜ਼ੁਰਗ ਫਿਰ ਝਾਕੇ ਵੀ ਪਹਿਲਾਂ ਸਮੱਸਿਆ ਸੀ ਕੋਈ ਚੱਕਣ ਵਾਲਾ ਨਹੀਂ, ਹੁਣ ਸਮੱਸਿਆ ਕੋਈ ਚੁਕਾਉਣ ਵਾਲਾ ਨਹੀਂ, ਨਾ ਬਜ਼ੁਰਗ ਤੋਂ ਚੱਕ ਕੇ ਸਿਰ 'ਤੇ ਰਖਾਈ ਰੱਖੇ ਅਤੇ ਨਾ ਹੀ ਬੱਚੇ ਤੋਂ ਰਖਾਈ ਜਾਏ। ਉਹਨਾਂ ਆਖਿਆ ਸਿਪਾਹੀਆਂ ਨੂੰ ਆਵਾਜ਼ ਮਾਰੋ। ਸਿਪਾਹੀਆਂ ਨੇ ਸਿਰ 'ਤੇ ਪੰਡ ਰੱਖੀ, ਪਿੱਛੇ ਬਜ਼ੁਰਗ ਅਸੀਸਾਂ ਤੁਰਿਆ ਤੁਰਿਆ ਜਾਂਦਾ। ਜਦੋਂ ਘਰੇ ਪਹੁੰਚਦੇ ਆ, ਪੰਡ ਥੱਲੇ ਰੱਖਦੇ ਆ, ਢੇਰ ਸਾਰੀਆਂ ਅਸੀਸਾਂ ਜਦੋਂ ਲਈਆਂ ਤੇ ਉਹ ਨੌਜਵਾਨ ਵਿਹੜੇ 'ਚੋਂ ਪਰਤਣ ਲੱਗਾ। ਉਹ ਕਹਿੰਦੇ ਨੌਜਵਾਨਾਂ ਆਪਣਾ ਨਾਂ ਤਾਂ ਦੱਸ ਕੇ ਜਾ ਵੀ ਤੇਰਾ ਨਾਂ ਕੀ ਹੈ, ਤੇ ਆਪਣੇ ਚਿਹਰੇ ਤੋਂ ਪੱਲਾ ਪਾਸੇ ਕਰਦਿਆਂ ਜਦੋਂ ਆਖਿਆ ਮੇਰਾ ਨਾਮ ਰਣਜੀਤ ਸਿੰਘ ਹੈ, ਇੱਕ ਵਾਰ ਤੇ ਬਜ਼ੁਰਗ ਦੀਆਂ ਅੱਖਾਂ ਭਰ ਆਈਆਂ। ਕਹਿਣ ਲੱਗਾ ਜਿਸ ਕੌਮ 'ਚ ਜਿਸ ਦੇਸ਼ ਦੇ ਰਾਜੇ ਇਹੋ ਜਿਹੇ ਹੋਣ, ਉਹ ਦੇਸ਼ ਕਿੱਦਾਂ ਭੁੱਖਾ ਮਰ ਸਕਦਾ। ਉਹਨੇ ਆਖਿਆ ਸ਼ਬਦ ਨਹੀਂ ਮੇਰੇ ਕੋਲੇ ਨੌਜਵਾਨਾਂ, ਤੇਰੇ ਲਈ ਮੈਂ ਤੇਰੀ ਵਡਿਆਈ ਕਰ ਸਕਾਂ, ਮੈਂ ਤੇਰੇ ਬਾਰੇ ਕੁਝ ਬੋਲ ਸਕਾਂ, ਮੇਰੇ ਜੁੜੇ ਹੋਏ ਹੱਥ ਹੀ ਤੈਨੂੰ ਪ੍ਰਣਾਮ ਕਰਦੇ ਆ, ਸਿਜਦਾ ਕਰਦੇ ਆ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜਾ ਰਹੇ ਆ, ਬੱਚੇ ਖੇਡਦੇ ਖੇਡਦੇ ਬੇਰੀ ਤੇ ਵੱਟੇ ਮਾਰਦੇ ਆ, ਇੱਕ ਵੱਟਾ ਮਹਾਰਾਜਾ ਰਣਜੀਤ ਸਿੰਘ ਦੇ ਬੱਚਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਵੀ ਬੱਚੇ ਨੂੰ ਕੱਲ ਨੂੰ ਭਾਈ ਤੁਸੀਂ ਦਰਬਾਰ 'ਚ ਪੇਸ਼ ਕਰੋ। ਜਦੋਂ ਮਾਂ ਨੂੰ ਲੱਗਿਆ ਪਤਾ ਵੀ ਪੁੱਤ ਤਾਂ ਰਾਜਿਆਂ ਦੇ ਵੱਟੇ ਮਾਰਿਆ ਆ ਔਰ ਐਡੇ ਵੱਡੇ ਬਾਦਸ਼ਾਹ ਦੇ ਵੱਟਾ ਵੱਜਿਆ, ਇਹਨੂੰ ਤਾਂ ਫਾਹੇ ਲਾਇਆ ਜਾਏਗਾ। ਵਿਚਾਰੀ ਕੰਬ ਗਈ ਅੰਦਰੋਂ।
ਤੇ ਜਦੋਂ ਕੱਲ ਨੂੰ ਲੈ ਕੇ ਗਈ ਨਾ ਆਪਦੇ ਬੱਚੇ ਨੂੰ ਦਰਬਾਰ ਦੇ ਅੰਦਰ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਭਾਈ ਮੋਹਰਾਂ ਲੈ ਕੇ ਆਓ ਅੰਦਰੋਂ ਸੋਨੇ ਦੀਆਂ। ਹੱਥ ਜੋੜ ਕੇ ਕਹਿੰਦੀ ਮਹਾਰਾਜਾ ਰਣਜੀਤ ਸਿੰਘ ਪੁੱਤ ਦੀ ਜਾਨ ਬਦਲੇ ਮੈਂ ਮੋਹਰਾਂ ਕੀ ਕਰਨੀਆਂ। ਭਲਾ ਉਹ ਕੀ ਸੋਚ ਕੇ ਗਈ ਸੀ ਵੀ ਪੁੱਤ ਨੇ ਵੱਟਾ ਮਾਰਿਆ ਨੁਕਸਾਨ ਪਹੁੰਚਾਇਆ ਮਹਾਰਾਜਾ ਰਣਜੀਤ ਸਿੰਘ ਨੂੰ, ਹੁਣ ਬੱਚਾ ਛੱਡਿਆ ਨਹੀਂ ਜਾਏਗਾ ਖਤਮ ਕਰ ਦਿੱਤਾ ਜਾਏਗਾ। ਕਹਿੰਦੀ ਮੈਨੂੰ ਮੋਹਰਾਂ ਨਹੀਂ ਚਾਹੀਦੀਆਂ, ਮੈਨੂੰ ਮੇਰਾ ਪੁੱਤ ਚਾਹੀਦਾ। ਹੱਥ ਜੋੜ ਕੇ ਕਹਿੰਦੀ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਮਾਈ ਪੁੱਤ ਵੀ ਲੈ ਜਾ ਮੋਹਰਾਂ ਵੀ ਲੈ ਜਾ। ਉਹ ਕਹਿੰਦੀ ਜੀ ਮੈਂ ਸਮਝ ਨਹੀਂ ਆਈ, ਮੇਰੇ ਪੁੱਤ ਦੀ ਜਾਨ ਵੀ ਬਖਸ਼ੀ। ਕਹਿੰਦੇ ਹਾਂ ਪੁੱਤ ਦੀ ਜਾਨ ਵੀ ਬਖਸ਼ੀ। ਕਹਿੰਦੇ ਬੇਰੀ ਦੇ ਤੁਹਾਡਾ ਪੁੱਤ ਮਾਰੇ ਵੱਟੇ ਉਹ ਦੇਵੇ ਬੇਰ, ਤੇ ਲਾਹੌਰ ਦੇ ਰਾਜੇ ਦੇ ਕੋਈ ਵੱਟਾ ਨਾ ਮਾਰੇ। ਜੇ ਮੈਂ ਸੋਨਾ ਨਾ ਦੇਵਾਂ ਤੇ ਹੋਰ ਕੀ ਦੇਵਾਂ। ਜੇ ਬੇਰੀ ਬੇਰ ਦਿੰਦੀ ਹੈ ਬੱਚੇ ਨੂੰ ਤਾਂ ਮੈਂ ਤਾਂ ਬਾਦਸ਼ਾਹ ਲਾਹੌਰ ਦਾ, ਮੈਂ ਤਾਂ ਸਿੱਖਾਂ ਦਾ ਰਾਜਾ ਆ, ਮੈਂ ਕਿਉਂ ਨਾ ਇਹਨੂੰ ਸੋਨਾ ਦੇਵਾਂ। ਇੱਕ ਮਾਈ ਭੱਜੀ ਭੱਜੀ ਆਈ, ਉਹਨੇ ਮਹਾਰਾਜਾ ਰਣਜੀਤ ਸਿੰਘ ਦੇ ਕਦਮਾਂ ਨਾਲ ਨਾ ਤਵਾ ਕਾਲਖ ਮਲ ਦਿੱਤੀ, ਤਵਾ ਉਹਦੇ ਹੱਥ ਚ। ਕਿਸੇ ਨੂੰ ਭੋਲੀ ਨੇ ਕਹਿਤਾ ਵਿਚਾਰੀ ਨੂੰ ਵੀ ਰਣਜੀਤ ਸਿੰਘ ਤਾਂ ਪਾਰਸ ਹੈ, ਰਣਜੀਤ ਸਿੰਘ ਤਾਂ ਪਾਰਸ ਹੈ, ਜਿਹੜਾ ਵੀ ਜਾ ਕੇ ਉਹਦੇ ਨਾਲ ਕੋਈ ਲੋਹਾ ਛਹਾਏਗਾ ਨਾ ਉਹ ਸੋਨਾ ਬਣ ਜਾਏਗਾ। ਭੱਜ ਕੇ ਆਏ ਅਹਿਲਕਾਰ, ਭੱਜ ਕੇ ਆਏ ਸਿਪਾਹੀ ਵੀ ਮਾਈ ਕਮਲੀ ਹੋ ਗਈ, ਹੱਥ ਚ ਫੜਿਆ ਕੋਲਾ, ਮਹਾਰਾਜਾ ਰਣਜੀਤ ਸਿੰਘ ਦੇ ਕੱਪੜਿਆਂ ਨਾਲ ਮਿਲੀ ਜਾਂਦੀ ਹੈ। ਇਹ ਤਾਂ ਕਾਲਖ ਨਾਲ ਖਰਾਬ ਕਰੀ ਜਾ ਰਹੀ ਹੈ ਵਸਤਰ ਸ਼ੇਰੇ ਪੰਜਾਬ ਦੇ। ਉਹਨਾਂ ਪੁੱਛਿਆ ਵੀ ਮਾਈ ਕੀ ਹੋਇਆ ਤੈਨੂੰ, ਸਹੀ ਹੈ ਮਨ ਤੇਰਾ, ਦਿਮਾਗ ਕੀ ਗੱਲ ਹੋਈ, ਕਿਉਂ ਜਿਹਦੇ ਤੇ ਫੁੱਲ ਸਿੱਟਦੀ ਦੁਨੀਆ ਤੂੰ ਉੱਥੇ ਕਾਲਖ ਮਿਲੀ ਜਾਂਦੀ ਹੈ। ਕਹਿੰਦੇ ਮੈਨੂੰ ਲੋਕ ਕਹਿੰਦੇ ਆ ਰਣਜੀਤ ਸਿਉਂ ਇੱਕ ਪਾਰਸ ਹੈ, ਇਹਨੂੰ ਲੋਹਾ ਵੀ ਛੂਹੇ ਉਹ ਸੋਨਾ ਹੋ ਜਾਂਦਾ। ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਜਾਓ ਭਾਈ, ਜਿੰਨਾ ਤਵੇ ਦਾ ਵਜਣਾ ਇੰਨਾ ਤੋਲ ਕੇ ਮਾਈ ਨੂੰ ਸੋਨਾ ਦੇ ਦਿਓ, ਇਹਨੂੰ ਵੀ ਪਤਾ ਲੱਗ ਜੇ ਗੁਰੂ ਕਲਗੀਧਰ ਦਾ ਬੱਚਾ ਸ਼ੇਰੇ ਪੰਜਾਬ ਸੱਚਮੁੱਚ ਹੀ ਇੱਕ ਪਾਰਸ ਹੈ। ਮੈਂ ਤਾਂ ਉਹਦਾ ਝਾੜੂ ਬਰਦਾਰ ਹੈ, ਮੈਂ ਤਾਂ ਸੇਵਕ ਹੈ, ਇਹੋ ਜਿਹੀਆਂ ਸਾਖੀਆਂ ਪੜ੍ਹਦੇ ਰਹੇ ਅਸੀਂ। ਇੱਕ ਫਕੀਰ ਮੁਸਲਮਾਨ ਸਿਰ ਦੀ ਵਿਚਾਰਾ ਬੁੱਕਲ ਦੇ ਵਿੱਚ ਆਪਣੇ ਉੱਚੀ ਉੱਚੀ ਧਾਹੀ ਮਾਰ ਕੇ ਰੋਈ ਜਾਏ, ਮਹਾਰਾਜਾ ਰਣਜੀਤ ਸਿੰਘ ਕੋਲੋਂ ਲੰਘ ਰਹੇ ਆ ਉੱਚੀ ਉੱਚੀ ਰੋਈ ਜਾਏ। ਘੋੜੇ ਤੋਂ ਉਤਰਦੇ ਆ, ਕੋਲ ਪਹੁੰਚਦੇ ਕਹਿੰਦੇ ਫਕੀਰ ਸਾਈਂ ਕੀ ਗੱਲ ਹੋਈ, ਸਿਰ ਚੱਕਿਆ ਨੀ ਉਹਨਾਂ ਨੇ ਤਾਂ। ਆਂਦੇ ਦੱਸੋ ਤਾਂ ਸਹੀ ਕੀ ਸਮੱਸਿਆ ਕੀ ਹੈ। ਕਹਿੰਦੇ ਆ ਕੁਰਾਨ ਦਾ ਤਰਜਮਾ ਕਈ ਭਾਸ਼ਾ ਚ ਕਰਾਇਆ, ਮਨ ਦੀ ਇੱਛਾ ਹੈ ਹਰ ਮਸਜਿਦ ਵਿੱਚ ਪਹੁੰਚੇ। ਕਹਿੰਦੇ ਫਿਰ ਰੋਨੇ ਕਿਉਂ ਆ? ਕਹਿੰਦਾ ਦੁੱਖ ਦੀ ਗੱਲ ਹੈ ਵੀ ਇਸ ਵੇਲੇ ਲਾਹੌਰ ਦੇ ਤਖ਼ਤ ਤੇ ਇੱਕ ਸਿੱਖ ਰਾਜਾ ਬੈਠਾ ਹੈ। ਕੋਈ ਮੁਸਲਮਾਨ ਰਾਜਾ ਹੁੰਦਾ ਮੈਂ ਜਾ ਕੇ ਕਹਿੰਦਾ, ਪਰਜਾ ਪ੍ਰਤੀ ਪਿਆਰ, ਸ਼ੇਰੇ ਪੰਜਾਬ ਦਾ ਆਪਣੇ ਲੋਕਾਂ ਪ੍ਰਤੀ ਪਿਆਰ। ਜਦੋਂ ਕਦੇ ਉਹਨਾਂ ਦੇ ਜਰਨੈਲ ਹੋਣ ਦੀ ਗੱਲ ਚੱਲੇਗੀ ਉਹ ਗੱਲਾਂ ਵੱਖਰੀਆਂ, ਜਦੋਂ ਉਹਨਾਂ ਦੇ ਰਾਜ ਪ੍ਰਬੰਧ ਦੀ ਗੱਲ ਚੱਲੇਗੀ ਉਹ ਗੱਲਾਂ ਵੱਖਰੀਆਂ। ਭਾਈ ਉਹ ਤਾਂ ਦੱਸੀਆਂ ਹੀ ਨਹੀਂ ਨਾ ਜਾ ਸਕਦੀਆਂ। ਗੁਰੂ ਭਾਵਨਾ ਤੇ ਗੁਰੂ ਪ੍ਰੇਮ ਜਿੰਨਾ ਦੇ ਅੰਦਰ ਸੀ ਉਹਦੀ ਤਾਂ ਵਿਆਖਿਆ ਹੀ ਨਹੀਂ ਹੋ ਸਕਦੀ, ਤੇ ਗੁਰੂ ਰਾਮਦਾਸ ਦੇ ਘਰ ਨੂੰ ਕਿੰਨਾ ਕੁ ਪਿਆਰ ਕਰਦੇ ਸਨ ਇਹਨੂੰ ਸ਼ਬਦਾਂ ਨਾਲ ਬਿਆਨ ਨਹੀਂ ਹੋ ਸਕਦਾ। ਉਹ ਰੋਂਦਾ ਸਾਈਂ ਫਕੀਰ ਰੋਂਦਾ, ਕਹਿੰਦਾ ਕੀ ਦੱਸਾਂ ਇੱਕ ਸਿੱਖ ਰਾਜਾ। ਉਹ ਕਹਿਣ ਲੱਗੇ ਕਿਹੜੀ ਗੱਲ ਹੈ, ਤੁਸੀਂ ਮੈਨੂੰ ਇਹ ਕੁਰਾਨ ਦਿਓ, 3 ਮਹੀਨਿਆਂ ਦੇ ਅੰਦਰ ਅੰਦਰ ਮੈਂ ਹਰੇਕ ਜਾਮਾ ਮਸਜਿਦ ਵਿੱਚ ਇਹਦਾ ਤਰਜਮਾ ਪਹੁੰਚਦਾ ਕਰ ਦਿਆਂਗਾ। ਉਹ ਕਹਿੰਦੇ ਵੀ ਤੂੰ ਕੌਣ ਹੈ? ਕਹਿੰਦੇ ਮੈਂ ਤੁਹਾਡੇ ਸਾਹਮਣੇ ਖਲੋਤਾ ਹੋਇਆ ਲਾਹੌਰ ਦਾ ਬਾਦਸ਼ਾਹ ਰਣਜੀਤ ਸਿੰਘ ਆ। ਉਹ ਹੱਥ ਜੋੜ ਕੇ ਕਹਿੰਦਾ, ਕਹਿੰਦਾ ਜੀ ਇੱਕ ਸ਼ਰਤ ਤੇ ਮੈਂ ਤੁਹਾਨੂੰ ਇਹ ਕੁਰਾਨ ਦੇਣੀ, ਇੱਕ ਸ਼ਰਤ ਹੈ ਮੇਰੀ। ਕਹਿੰਦੇ ਸ਼ਰਤ ਕਿਹੜੀ ਆ? ਮੇਰੇ ਕਹੇ ਹੋਏ ਬੋਲ ਮੈਨੂੰ ਵਾਪਸ ਕਰ ਦਿਓ ਤੇ ਅਗਲੀ ਗੱਲ ਸੁਣ ਕੇ ਜਾਇਓ। ਮੈਂ ਦੁਖੀ ਸਾਂ ਵੀ ਲਾਹੌਰ ਤੇ ਇੱਕ ਸਿੱਖ ਰਾਜਾ ਰਾਜ ਕਰਦਾ ਹੈ। ਮੈਂ ਅਰਦਾਸ ਕਰਦਾ ਹਰ ਧਰਤੀ ਦਾ ਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਹੋਵੇ, ਹਰ ਜਗ੍ਹਾ ਦਾ ਰਾਜਾ, ਹਰ ਧਰਤੀ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਵਰਗਾ ਹੋਵੇ, ਮੇਰੀ ਅਰਦਾਸ ਹੈ। ਇੰਨਾ ਹਰ ਧਰਮ ਦਾ ਸਤਿਕਾਰ। ਕਹਿੰਦੇ ਜਦੋਂ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ, ਉਹਦੇ ਪੰਜਾਬ ਦੇ ਲੋਕਾਂ ਨੇ ਘਰਾਂ 'ਚ ਦੀਵੇ ਨਹੀਂ ਸੀ ਬਾਲੇ, ਚੁੱਲ੍ਹਿਆਂ 'ਚ ਅੱਗ ਨਹੀਂ ਸੀ ਪਾਈ, ਲੋਕਾਂ ਨੂੰ ਲੱਗਿਆ ਖੌਰੇ ਰਣਜੀਤ ਸਿੰਘ ਨੇ ਸਾਡਾ ਪੁੱਤ ਚਲਿਆ ਗਿਆ। ਵਧਾਤਾ ਸਿੰਘ ਤੀਰ ਦੇ ਬੋਲ ਪੰਜਾਬ ਦੀ ਸਰ ਜ਼ਮੀਨ 'ਤੇ ਸਦਾ ਗੂੰਜਦੇ ਰਹਿਣਗੇ, ਇਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ,
ਸੜਗੀ ਨਾਲ ਤਕਦੀਰ ਪੰਜਾਬੀਆਂ ਦੀ। ਸਿਰ ਤੋਂ ਤਾਜ ਦਲੀਪ ਦੇ ਨਹੀਂ ਲੱਥਾ, ਲੱਥ ਗਈ ਦਸਤਾਰ ਪੰਜਾਬੀਆਂ ਦੀ। ਕੱਲਾ ਸ਼ੇਰਨੀ ਚ ਖਾ ਦੇ ਵਿੱਚ ਸੜਿਆ, ਸੜਗੀ ਨਾਲ ਤਕਦੀਰ ਪੰਜਾਬੀਆਂ ਦੀ। ਮੋਏ ਹੋਏ ਵੀ ਸ਼ੇਰ ਦੀ ਮੜੀ ਉੱਤੇ, ਰਾਣੀ ਪੁੱਜ ਨਾ ਸਕੀ ਪੰਜਾਬੀਆਂ ਦੀ। ਪਈਆਂ ਗੁੰਝਲਾਂ ਕਿਸੇ ਤੋਂ ਖੁੱਲੀਆਂ ਨਾ, ਐਸੀ ਉਲਝੀ ਉਹ ਤਾਣੀ ਪੰਜਾਬੀਆਂ ਦੀ। 69 ਸਾਲ ਦੀ ਉਮਰ ਸੀ, ਜਾਣ ਤੋਂ ਪਹਿਲਾਂ ਦਰਬਾਰ ਲੱਗਾ। ਆਖਰੀ ਵਾਰ ਜਦੋਂ ਬਿਮਾਰ ਸਨ, ਉਹਨਾਂ ਨੂੰ ਪਾਲਕੀ 'ਚ ਵੈਦਾਂ ਆਖਿਆ ਸੀ ਕੁਰਸੀ 'ਤੇ ਹੁਣ ਬਹਿ ਨਹੀਂ ਸਕਦੇ। ਉਹਨਾਂ ਨੂੰ ਜਦੋਂ ਲਿਆਂਦਾ ਗਿਆ ਨਾ ਪਾਲਕੀ ਵਿੱਚ, ਭਰੇ ਦਰਬਾਰ 'ਚ ਉਹਨਾਂ ਦੇ ਵਜ਼ੀਰ, ਉਹਨਾਂ ਦੇ ਅਹਿਲਕਾਰ ਸਾਰੇ ਖੜ੍ਹੇ। ਇੱਕ ਜਾਂਦੀ ਵਾਰ ਉਹ ਆਪਣੀ ਕੌਮ ਨੂੰ, ਆਪਣੇ ਬਛਿੰਦਿਆਂ ਨੂੰ ਗੱਲ ਕਹਿ ਕੇ ਗਏ ਸਨ। ਪਤਾ ਉਹਨਾਂ ਕੀ ਆਖਿਆ? ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਨੇ ਕੀਤੀ ਕਿਰਪਾ, ਕਲਗੀ ਧਰਮਾਂ ਰਾਜ ਦਾ ਰਿਹਾ ਹੱਥ। ਇਹ ਸਿੱਖ ਰਾਜ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ, ਸਿਆਣੇ ਸੁਚੱਜੇ ਜਰਨੈਲਾਂ ਦੀ ਅਗਵਾਈ ਵਿੱਚ ਇਹ ਰਾਜ ਪਹੁੰਚ ਗਿਆ ਅਫਗਾਨਿਸਤਾਨ ਤੱਕ, ਇਹ ਪਹੁੰਚ ਗਿਆ ਕਾਬਲ ਕੰਧਾਰ ਤੱਕ। ਇਹਦੇ ਵਿੱਚ ਯੋਗਦਾਨ ਹੈ ਅਕਾਲੀ ਫੂਲਾ ਸਿੰਘ ਦਾ, ਇਹਦੇ 'ਚ ਯੋਗਦਾਨ ਹੈ ਸਰਦਾਰ ਹਰੀ ਸਿੰਘ ਨਲੂਏ ਦਾ, ਜਿਹਨੇ ਜਾਂਦੀ ਵਾਰ ਇਹ ਗੱਲ ਆਖੀ ਸੀ, ਉਹ ਸਿੱਖੋ ਮੇਰੀ ਚਿਖਾ ਨੂੰ ਲਾਂਬੂ ਲਾਉਣ ਤੋਂ ਪਹਿਲਾਂ ਮੇਰਾ ਸਿਰ ਕੰਧਾਰ ਵਾਲੇ ਪਾਸੇ ਕਰਿਓ, ਮੇਰਾ ਸਿਰ ਪੰਜਾਬ ਵੱਲ ਨਾ ਕਰਿਓ, ਕਿਉਂਕਿ ਮਰ ਕੇ ਵੀ ਹਰੀ ਸਿੰਘ ਨਲੂਆ ਦੁਸ਼ਮਣ ਨੂੰ ਪਿੱਠ ਨਹੀਂ ਵਿਖਾਉਣੀ ਚਾਹੁੰਦਾ, ਮੈਂ ਇਵੇਂ ਜਾਵਾਂ ਸੰਸਾਰ ਤੋਂ। ਔਰ ਪਿਆਰ ਕਿੰਨਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਹਰੀ ਸਿੰਘ ਨਾਲ। ਜਿੱਦਾਂ ਪਤਾ ਲੱਗਿਆ ਵੀ ਜਮਰੌਤ ਦੇ ਕਿਲੇ ਅੰਦਰ ਹਰੀ ਸਿੰਘ ਨਲੂਆ ਸ਼ਹੀਦ ਹੋ ਗਏ, ਜਦੋਂ ਪਤਾ ਲੱਗਾ ਵੀ ਸਰਦਾਰ ਹਰੀ ਸਿੰਘ ਜੀ ਚੜ੍ਹਾਈ ਕਰ ਗਏ ਆ, ਤੇ ਅੱਖਾਂ ਭਰੀਆਂ ਆਪਣਿਆਂ ਨਾਲ ਦਿਆਂ ਸਾਥੀਆਂ ਨੂੰ ਕਹਿਣ ਲੱਗੇ, ਮੈਂ 5 ਸਾਲ ਦਾ ਸਾਂ, ਜਦੋਂ ਚੇਚਕ ਦੀ ਬਿਮਾਰੀ ਨਾਲ ਮੇਰੀ ਇੱਕ ਅੱਖ ਚਲੀ ਗਈ, ਮੈਂ ਕਾਣਾ ਹੋ ਗਿਆ। ਕਹਿੰਦੇ ਮੈਨੂੰ ਆਉਣ ਲੱਗਦਾ ਸਰਦਾਰ ਹਰੀ ਸਿੰਘ ਨਹੀਂ ਹੋਇਆ ਸ਼ਹੀਦ ਹੋਇਆ, ਮੈਨੂੰ ਆਉਣ ਲੱਗਦਾ ਮੈਂ ਉਹਦੇ ਕਾਣਾ ਸਾਂ, ਅੱਜ ਨਲੂਆ ਸਰਦਾਰ ਸ਼ਹੀਦ ਹੋਇਆ, ਖੋਰੇ ਮੈਂ ਅੰਨਾ ਹੀ ਹੋ ਗਿਆ ਦੂਜੀ ਅੱਖ। 1837 ਈਸਵੀ 'ਚ ਔਰ 1 ਇੰਚ ਵੀ ਸਿੱਖ ਰਾਜ ਨਹੀਂ ਵਧਿਆ ਇਸ ਤੋਂ ਬਾਅਦ 'ਚ, ਹਰੀ ਸਿੰਘ ਨਲੂਆ ਦੀ ਜਾਣ ਤੋਂ ਬਾਅਦ। ਔਰ 2 ਸਾਲਾਂ ਬਾਅਦ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰ ਜਾਂਦੇ ਭਰੇ ਦਰਬਾਰ 'ਚ। ਉਹਨਾਂ ਜਾਂਦੀ ਵਾਰ ਇੱਕੋ ਗੱਲ ਆਖੀ ਆਪਣੇ ਦਰਬਾਰੀਆਂ ਨੂੰ, ਕਹਿਣ ਲੱਗੇ ਉਸ ਖਾਲਸਾ ਜੀ, ਮੈਂ 1 ਤੁਪਕਾ ਵੀ ਕਿਸੇ ਸਿੱਖ ਦਾ ਅਜਾਈ ਨਹੀਂ ਜਾਣ ਦਿੱਤਾ, ਖੂਨ ਦਾ 1 ਤੁਪਕਾ ਵੀ। ਜੇ ਤੁਹਾਡਾ 1 ਤੁਪਕਾ ਵੀ ਖੂਨ ਡੁੱਲਿਆ, ਮੈਂ ਖਾਲਸਾ ਹੀ ਨਿਸ਼ਾਨ ਚਲਾਏ ਉੱਥੇ, ਜਿੱਥੇ ਖੂਨ ਦੀਆਂ ਨਦੀਆਂ ਡੁੱਲੀਆਂ ਉੱਥੇ ਮੈਂ ਖਾਲਸਾ ਹੀ ਨਿਸ਼ਾਨ ਬੁਲੰਦ ਕੀਤੇ, ਮੈਂ 1 ਖਤਰਾ ਵੀ ਤੁਹਾਡੇ ਖੂਨ ਦਾ ਅਜਾਈ ਨਹੀਂ ਜਾਣ ਦਿੱਤਾ। ਉਹਨਾਂ ਆਖਿਆ ਇਹ ਮੋਤੀ ਸਨ ਆਸੇ ਪਾਸੇ ਬਿਖਰੇ ਹੋਏ, ਮੈਂ ਇਹਨਾਂ ਨੂੰ 1 ਮਾਲਾ 'ਚ, ਮੋਤੀ ਭਾਵੇਂ ਜਿੰਨੇ ਮਰਜ਼ੀ ਮਹਿੰਗੇ ਆ ਪਰ 1 ਮਾਲਾ 'ਚ ਪਰੋਈਏ ਨਾ ਕਿਸੇ ਗਲੇ ਦਾ ਸ਼ਿੰਗਾਰ ਨਹੀਂ ਬਣਦੇ। ਮੈਂ ਵੰਡੇ ਹੋਏ ਸਿੱਖ ਰਾਜ ਨੂੰ ਇਕੱਠਿਆਂ ਕੀਤਾ, 1 ਨਿੱਕੇ ਜਿਹੇ ਪਿੰਡ ਗੁਜਰਾਂ ਵਾਲੇ 'ਚੋਂ ਉੱਠ ਕੇ, 1 ਛੋਟੀ ਜਿਹੀ ਮਿਸਲ ਸ਼ੁਕਰ ਚੱਕੀਆ ਵਿੱਚ ਜਨਮ ਲੈ ਕੇ, ਮੇਰਾ ਸਫ਼ਰ ਬੜਾ ਲੰਮਾ ਰਿਹਾ, ਗੁਰੂ ਨੇ ਕਿਰਪਾ ਕੀਤੀ ਮੈਂ ਅੱਜ ਇੱਥੋਂ ਤੱਕ ਆਇਆ, ਅਤੇ ਤੁਹਾਡੇ ਅੱਗੇ ਤਰ ਲਈ ਹੈ, ਤੁਹਾਡੇ ਅੱਗੇ ਅਰਜ਼ੋਈ ਹੈ ਭਰਾਓ। ਇਹ ਜਿਹੜਾ ਇੰਨਾ ਸੋਹਣਾ ਰਾਜ ਬਣਿਆ, ਜਿਸ ਰਾਜ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਬਾਣੀ 'ਚ ਵੀ, ਇਵੇਂ ਦਾ ਰਾਜ ਹੋਣਾ ਚਾਹੀਦਾ ਸੰਸਾਰ 'ਤੇ, ਨਿਆਂ ਵਾਲਾ ਰਾਜਾ ਹੋਵੇ, ਪ੍ਰਜਾ ਸੁਖੀ ਹੋਵੇ, ਕਿਸੇ ਨਾਲ ਭੇਦਭਾਵ ਨਾ ਹੋਵੇ, ਕਿਸੇ ਨਾਲ ਵਖਰੇਵਾਂ ਨਾ ਹੋਵੇ। ਕਹਿੰਦੇ ਇੰਨਾ ਸੋਹਣਾ ਰਾਜ ਬਣਿਆ, ਇੰਨਾ ਸੋਹਣਾ ਰਾਜ ਉਸਾਰਿਆ ਗਿਆ, ਤੁਹਾਡੇ ਅੱਗੇ ਇੱਕੋ ਹੀ ਬੇਨਤੀ ਹੈ, ਤੁਸੀਂ ਉਹ ਬਾਂਦਰ ਬਿਰਤੀਆਂ ਤੋਂ ਸੁਚੇਤ ਰਹੋ, ਇਹ ਨਾ ਹੋਵੇ ਤੀਲਾ ਤੀਲਾ ਕਰਕੇ ਇਸ ਰਾਜ ਨੂੰ ਖਤਮ ਕਰ ਦੇ। ਦੇਖਿਓ ਭਾਈ, ਕਿਤੇ ਉਹਨਾਂ ਦੀਆਂ ਚਾਲਾਂ 'ਚ ਨਾ ਫਸ ਜਾਇਓ। ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਖਰੀ ਬੋਲ ਆਪਣੀ ਜ਼ੁਬਾਨੋਂ ਕਹੇ ਸਨ ਕਿ ਸਿੱਖੋ ਇਹਨੂੰ ਸੰਭਾਲ ਕੇ ਰੱਖਣਾ, ਪਰ ਵਕਤ ਨੂੰ ਕੁਝ ਹੋਰ ਮਨਜ਼ੂਰ ਸੀ। ਅੱਗੇ ਇਤਿਹਾਸ ਪਤਾ ਹੀ ਹੈ ਤੁਹਾਨੂੰ, ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਹੋਏ ਹੈ। ਕਹਿੰਦੇ ਜਿਵੇਂ ਸੂਰਜ ਆਕਾਸ਼ ਵਿੱਚ ਚੜ੍ਹਿਆ ਹੁੰਦਾ ਅਤੇ ਚਮਕਦੀ ਹੁੰਦੀ ਹੈ ਨਾ ਧਰਤੀ ਸਾਰੀ, ਕਹਿੰਦੇ ਇੱਕ ਪਾਸੇ ਤਾਂ ਆਉਣ ਲੱਗਦਾ ਸੀ ਵੀ ਸਿੱਖ ਰਾਜ ਦਾ ਸੂਰਜ ਸਿਖਰ 'ਤੇ ਆ ਅਤੇ ਸਰਦਾਰਾਂ ਦੇ ਚਿਹਰਿਆਂ 'ਤੇ ਲਾਲੀ ਹੈ, ਅਤੇ ਦੂਜੇ ਪਾਸੇ ਸਰਦਾਰ ਨੂੰ ਜਦੋਂ ਪਾਲਕੀ 'ਚ ਦੇਖਿਆ ਬਿਮਾਰ ਹੋਏ ਨੂੰ, ਹਰੇਕ
ਨੌਜਵਾਨ ਦਾ, ਹਰੇਕ ਸਿਪਾਹੀ ਦਾ, ਹਰੇਕ ਸਿੱਖ ਜਰਨੈਲ ਦਾ ਹਿਰਦਾ ਉਦਾਸ ਸੀ। 27 ਜੂਨ ਦਾ ਦਿਨ ਚੜਿਆ, ਸ਼ਾਮਾਂ ਢਲੀਆਂ, ਇੱਕ ਪਾਸੇ ਤੇ ਘਰਾਂ 'ਚ ਦੀਵੇ ਬਲੇ, ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਦਾ ਦੀਵਾ ਸਦਾ ਲਈ ਬੁਝ ਗਿਆ। 27 ਜੂਨ 1848 ਨੂੰ 69 ਸਾਲ ਦਾ ਉਹ ਬੁੱਢਾ ਸ਼ੇਰ ਆਪਣੀ ਕੌਮ ਲਈ ਜਿਹਨੇ ਜੋ ਕੀਤਾ ਉਹ ਦੱਸਿਆ ਨਹੀਂ ਜਾ ਸਕਦਾ, ਤੇ ਸਾਡੇ 'ਚ ਪ੍ਰਚਾਰਿਆ ਪ੍ਰਸਾਰਿਆ ਕੀ ਗਿਆ ਉਹ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ। ਮੈਂ ਸ਼ੁਰੂਆਤ 'ਚ ਹੀ ਕਹਿ ਸਕਿਆ, ਉਹਦੇ ਵਰਗਾ ਵਿਦਿਅਕ ਪ੍ਰਬੰਧ ਦਿਓ ਲੋਕਾਂ ਨੂੰ, ਅਸੀਂ ਆਖਾਂਗੇ ਸ਼ੇਰੇ ਪੰਜਾਬ ਗਲਤ ਸੀ। ਉਹਦੇ ਵਰਗੀਆਂ ਸਿਹਤ ਸੁਵਿਧਾਵਾਂ, ਉਹਦੇ ਵਰਗਾ ਧਰਮ ਨਿਰਪੱਖ ਰਾਜ, ਉਹਦੇ ਵਰਗੇ ਜਰਨੈਲ, ਉਹਦੇ ਵਰਗੀ ਗੁਰੂ ਪ੍ਰਤੀ ਭਾਵਨਾ। ਅਕਾਲੀ ਫੂਲਾ ਸਿੰਘ ਵੀ ਜਾ ਕੇ ਸੱਦੇ ਤੇ ਉਹ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਧੌਣ ਨੀਵੀਂ ਕਰਕੇ ਖੜ ਜਾਂਦਾ, ਮੈਂ ਰਾਜਾ ਹੋਵਾਂਗਾ ਲਾਹੌਰ ਦੇ ਤਖ਼ਤ ਤੇ, ਪਰ ਗੁਰੂ ਰਾਮਦਾਸ ਦੇ ਘਰ ਵਿੱਚ ਨਿਮਾਣਾ ਸਿੱਖ ਬਣ ਕੇ ਆਇਆ। ਸ਼ਾਹ ਮੁਹੰਮਦ ਇੱਕ ਮੁਸਲਮਾਨ, ਉਹਨੇ ਪਤਾ ਕੀ ਲਿਖਿਆ ਮਹਾਰਾਜਾ ਰਣਜੀਤ ਸਿੰਘ ਬਾਰੇ, ਸ਼ਾਹ ਮੁਹੰਮਦ ਜਾਣ 50 ਵਰਸ਼ਾਂ ਹੱਛਾ ਰੱਜ ਕੇ ਰਾਜ ਕਮਾਏ ਗਿਆ। ਉਹਨੇ ਜਦੋਂ ਦੂਜੇ ਰਾਜਿਆਂ ਦੀ ਗੱਲ ਕੀਤੀ ਤੇ ਉਹਨੇ ਆਖਿਆ ਵਾਜੇ ਕੂੜ ਦੇ ਕਈ ਵਜਾਏ ਗਏ, ਉਹਨੇ ਦੂਜਿਆਂ ਨੂੰ ਆਖਿਆ ਵੀ ਕਈ ਆਏ ਤੇ ਕਈ ਚਲੇ ਗਏ ਝੂਠ ਕੁਫਰ ਤੋਲ ਕੇ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਕਰਦਾ ਉਹ ਕਹਿੰਦਾ, ਆਉਣ ਲੱਗਦਾ 50 ਸਾਲ ਰਾਜ ਕੀਤਾ, ਦੁਨੀਆ 'ਚ ਮਿਸਾਲ ਪੈਦਾ ਕਰਤੀ ਮਹਾਰਾਜਾ ਰਣਜੀਤ ਸਿੰਘ ਨੇ। ਸ਼ਾਹ ਮੁਹੰਮਦ ਜਾਣ 50 ਵਰਸ਼ਾਂ ਹੱਛਾ ਰੱਜ ਕੇ ਰਾਜ ਕਮਾਏ ਗਿਆ, ਉਹਦੇ ਰਾਜ ਦੀਆਂ ਗੱਲਾਂ ਰਹਿੰਦੀ ਦੁਨੀਆ ਤੱਕ ਹੋਣਗੀਆਂ। ਦਾਤਾ ਮਿਹਰ ਕਰੇ।